ਸੋ ਅੱਜ ਮਿਨਿਸਟਰ ਸ਼ੌਨ ਫਰੇਜ਼ਰ ਦੀ ਅਨਾਉਂਸਮੈਂਟ ਹੋ ਗਈ ਹੈਗੀ ਆ ਰਿਗਾਰਡਿੰਗ ਦਾ ਅਨਦਰ ਟੀਆਰ ਟੂ ਪੀਆਰ ਪ੍ਰੋਗਰਾਮ ਜਿਵੇਂ ਕਿ ਮੈਂ ਪਹਿਲਾਂ ਪ੍ਰੈਡਿਕਟ ਕਰ ਚੁੱਕਿਆ ਸੀਗਾ ਕਾਫੀ ਟਾਈਮ ਤੋਂ ਕਿ ਟੀਆਰ ਟੂ ਪੀਆਰ ਵਰਗਾ ਇੱਕ ਹੋਰ ਪ੍ਰੋਗਰਾਮ ਆਏਗਾ ਤੇ ਜਿਵੇਂ ਉਦੋਂ ਬਾਕੀ ਸਾਰੇ ਏਜੰਟਸ ਨੇ ਕਿਹਾ ਸੀ ਨਹੀਂ ਹੋਣਾ ਨਹੀਂ ਹੋਣਾ ਪਰ ਅੱਜ ਉਹੀ ਏਜੰਟ ਫਿਰ ਤੋਂ ਕਹਿ ਰਹੇ ਆ ਵੀ ਹਾਂਜੀ ਉਹ ਆਏਗਾ ਸੋ ਹੁਣ ਗੱਲ ਸਾਰੀ ਹੈ ਕੀ ਸੋ ਮੋਸ਼ਨ 44 ਦੀ ਆਈ ਥਿੰਕ ਤੁਸੀਂ ਮੇਰੀ ਪਹਿਲਾਂ ਵੀਡੀਓ ਵੇਖੀ ਹੋਏਗੀ ਜੇ ਨਹੀਂ ਦੇਖੀ ਤਾਂ ਕਮੈਂਟਸ ਦੇ ਵਿੱਚ ਹੈਗੀ ਤੁਸੀਂ ਦੇਖ ਸਕਦੇ ਹੋ ਤਾਂ ਮੋਸ਼ਨ 44 ਦੇ ਵਿੱਚ ਜਦੋਂ ਪਾਸ ਹੋਇਆ ਸੀਗਾ ਤਾਂ ਉਹਦੇ ਵਿੱਚ ਸਾਰੀ ਇਹ ਹੀ ਗੱਲ ਆਈ ਸੀ ਕਿ ਜਿੰਨੇ ਵੀ ਲਾਈਕ ਸਟੂਡੈਂਟਸ ਹੈਗੇ ਆ ਟੈਂਪਰੇਰੀ ਵਰਕਰਸ ਹੈਗੇ ਕੈਨੇਡਾ ਦੇ ਵਿੱਚ ਬੈਠੇ ਆ ਜਾਂ ਹੋਰ ਜਿੰਨੇ ਵੀ ਕੈਂਡੀਡੇਟਸ ਹੈਗੇ ਜਿਨ੍ਹਾਂ ਦੇ ਕੋਲ ਇੱਥੋਂ ਦੀ ਵਰਕ ਐਕਸਪੀਰੀਅੰਸ ਹੈਗਾ ਇੱਥੋਂ ਦੀ ਐਜੂਕੇਸ਼ਨ ਹੈਗੀ ਆ ਤਾਂ ਉਹਨਾਂ ਨੂੰ ਪੀਆਰ ਜਲਦੀ ਦਿੱਤੀ ਜਾਵੇ ਇਹ ਉਸ ਮੋਸ਼ਨ ਦੇ ਆਪਾਂ ਕਹਿ ਸਕਦੇ ਹਾਂ ਵਿੱਚ ਸੀਗਾ ਤੇ ਉਹਦੀ ਜਿਹੜੀ ਮੈਂ ਇੱਕ ਪ੍ਰੋਪਰ ਵੀਡੀਓ ਬਣਾ ਕੇ YouTube ਦੇ ਉੱਪਰ ਵੀ ਆਲਰੇਡੀ ਅਪਲੋਡ ਕਰ ਚੁੱਕਿਆ ਤੇ ਜਿਸ ਦਿਨ ਇਹ ਮੋਸ਼ਨ ਪਾਸ ਹੋਇਆ ਸੀ ਉਸ ਤੋਂ 120 ਡੇਸ ਦੇ ਅੰਦਰ ਅੰਦਰ ਇਮੀਗ੍ਰੇਸ਼ਨ ਨੂੰ ਕੋਈ ਨਾ ਕੋਈ ਪਾਲਿਸੀ ਨਵੀਂ ਲੈ ਕੇ ਆਉਣੀ ਪੈਗੀ ਤਾਂ ਹੁਣ ਜਿਹੜੀ ਸ਼ਾਨ ਫਰੇਜ਼ਰ ਦੀ ਜਿਹੜੀ ਅਨਾਉਂਸਮੈਂਟ ਹੋਈ ਆ ਹਾਲਾਂਕਿ ਉਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈਗੀ ਸਾਰੀ ਮੋਸ਼ਨ 44 ਦੇ ਵਿੱਚ ਆਲਰੇਡੀ ਡਿਸਕ੍ਰਾਈਬਡ ਉਸੇ ਚੀਜ਼ ਨੂੰ ਹੀ ਅੱਗੇ ਉਹਨਾਂ ਨੇ ਇੰਟਰਪ੍ਰੀਟ ਕੀਤਾ ਹੈਗਾ ਇੱਕ ਅਨਾਉਂਸਮੈਂਟ ਕਰਤੀ ਬਸ ਕਿ ਹਾਂਜੀ 120 ਡੇਸ ਦੇ ਵਿੱਚ ਅਸੀਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਹੈਗਾ ਜਿਹਨੂੰ ਕੀ ਹੁਣ ਏਜੰਟਸ ਕਹਿ ਰਹੇ ਆ ਕਿ ਇੱਕ ਨਵਾਂ TR2P ਆਉਣਾ ਪ੍ਰੋਗਰਾਮ ਤਾਂ ਉਹ ਆ ਰਿਹਾ ਹੈਗਾ ਬਸ ਉਹਦੀ ਅਫੀਸ਼ੀਅਲ ਕਨਫਰਮੇਸ਼ਨ ਕਰ ਦਿੱਤੀ ਆ ਤੇ ਓਨੈਸਟਲੀ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਡਿਮਾਂਡ ਹੈਗੀ ਆ ਲੋਕਾਂ ਦੀ ਜਿਹੜੇ ਇੱਥੇ ਕੱਚੇ ਆ ਟੈਂਪਰੇਰੀ ਨੇ ਹਨਾ ਤਾਂ ਉਹਨਾਂ ਉਹਨੂੰ ਧਿਆਨ ਚ ਰੱਖਦੇ ਹੋਏ ਇਹ ਇੱਕ ਬਸ ਅਨਾਨਸਮੈਂਟ ਕਰਤੀ ਹੈ ਦੈਟਸ ਇਟ ਤੇ ਇਹਦੇ ਉੱਪਰ ਹਜੇ ਵਰਕ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਤੇ ਆਈ ਥਿੰਕ ਜਲਦੀ ਕੋਈ ਨਾ ਕੋਈ ਜਿਹੜੀ ਪਾਲਿਸੀ ਹੈਗੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਲਾਈਕ ਜਿਵੇਂ ਹੁਣ ਆਈ ਥਿੰਕ ਲਾਸਟ ਮੰਥ ਹੋਇਆ ਸੀ ਮੈਨੂੰ ਐਗਜੈਕਟ ਡੇਟ ਨਹੀਂ ਯਾਦ ਜਦੋਂ ਇਹ ਮਿਸ਼ਨ ਪਾਸ ਹੋਇਆ ਤਾਂ ਉਹ ਤੁਸੀਂ ਦੇਖ ਸਕਦੇ ਹੋ ਤੇ ਉਹਦੇ 120 ਡੇਸ ਦੇ ਅੰਦਰ ਅੰਦਰ ਹੀ ਕੋਈ ਨਾ ਕੋਈ ਨਵੀਂ ਪਾਲਿਸੀ ਸਿਮਿਲਰ ਟੂ ਦਾ ਟੀਆਰ ਟੂ ਪੀਆਰ ਪ੍ਰੋਗਰਾਮ ਆਏਗੀ ਸੋ ਤਕੜੇ ਹੋ ਜਾ ਜਿਨ੍ਹਾਂ ਨੇ ਆਲਸ ਨਹੀਂ ਕੀਤਾ ਹੋਇਆ ਉਹ ਪਲੀਜ਼ ਆ ਦਾ ਆਲਸ ਦਾ ਐਗਜ਼ਾਮ ਦੇ ਕੇ ਤੇ ਜਿਨ੍ਹਾਂ ਦੀ ਪੀਸੀਸੀ ਰਹਿੰਦੀ ਹੈਗੀ ਆ ਉਹ ਤੁਸੀਂ ਪੀਸੀਸੀ ਕਰਵਾ ਕੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਆਰਾਮਨਾ ਕਰ ਲਓ ਕੋਈ ਦਿੱਕਤ ਨਹੀਂ ਤੇ ਉਹ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਪ੍ਰੋਪਰ ਤਿਆਰ ਕਰਕੇ ਤੁਸੀਂ ਰੱਖ ਸਕਦੇ ਹੋ ਸੋ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹੀ ਸੀਗਾ ਕਿ ਤੁਹਾਨੂੰ ਦੱਸਿਆ ਜਾਵੇ ਕਿ ਐਕਚੁਅਲ ਦੇ ਵਿੱਚ ਉਹ ਕੀ ਆ ਥੈਂਕ ਯੂ